ਸਾਤਾਂ ਦੀ ਕਿਸਮਤ ਵਾਲੀਆਂ ਕਰਮ ਵਾਲੀਆਂ ਭਾਗ ਵਾਲੀਆਂ ਮੁਕੱਦਰ ਤੇਰਾ ਬਾਲਾ ਹੀ ਦੇਗਾ। ਬਾਹਰਲੇ ਦੇਸਾਂ ਨੂੰ ਜਾਏਗੀ, ਹਵਾਈ ਜਹਾਜ਼ਾਂ ਦੀ ਸੈਰ ਕਰੇਗੀ, ਮਾਪਿਆਂ ਨੂੰ ਸੁੱਖ ਦੇਗੀ, ਉਹ ਨੋਟਾਂ ਦਾ ਬਿਸਤਰਾ ਵਿਛਾ ਕੇ ਸੋਇਆ ਕਰੇਗੀ। 500-500 ਦੇ ਨੋਟਾਂ ਨਾਲ ਤੈਨੂੰ ਲਵਾ ਦਈਏ ਸਰਾਣਾ, ਉਹ ਤੈਨੂੰ ਇੱਕ ਬਚਨ ਕਰਾ ਕੇ ਜਾਣਾ, ਉਹ 10 ਕਰਾ ਦਈਏ, ਗੁੱਸਾ ਤਾਂ ਨਹੀਂ ਕਰੇਗੀ। ਤੁਸੀਂ ਕੌਣ? ਉਹ ਬੋਲਾ ਕੀ ਜਾਣਾ ਮੈਂ ਕੌਣ ਆ, ਨਾ ਮੈਂ ਪੰਡਿਤ ਨਾ ਮੈਂ ਕਾਜ, ਪਤਾ ਨੀ ਰੱਬ ਕਿਹੜੇ ਆ ਰੰਗਾਂ ਵਿੱਚ ਰਾਜੀ। ਉਹ ਚੇਲੀਏ ਤੈਨੂੰ ਦੇ ਦੀਆਂ ਗਿੱਦੜ ਸਿੰਘੀ ਪਿੰਗ ਤਰਿੰਗੀ ਫਿਰ ਮੰਨੇਗੀ ਬਾਬਿਆਂ ਨੂੰ। ਉਹ ਲੱਗਦਾ ਗੁੱਸਾ ਖਾ ਗਈ ਚੇਲੀਏ, ਗੁੱਸਾ ਨਾ ਕਰ, ਉਹ ਤੈਨੂੰ ਇੱਕ ਰਾਜ ਦੀ ਗੱਲ ਦੱਸਦੇ ਆ। ਹਾਂਜੀ ਦੱਸੋ। ਉਹ ਤੇਰੇ ਮਹਿਦੇ ਵਿੱਚ ਗੱਲ ਨੀ ਆ ਕੁੜੀਏ। ਬਾਬਾ ਜੀ ਤੁਸੀਂ ਤੇ ਜਾਨੀ ਜਾਣੋ। ਉਹ ਮੈਂ ਇੱਕ ਹੋਰ ਗੱਲ ਵੀ ਜਾਣਦਾ ਹਾਂ। ਕਿਹੜੀ ਗੱਲ ਬਾਬਾ ਜੀ? ਉਹ ਤੁਹਾਡਾ ਬੁੱਢਾ ਤਾਂ ਬਹੁਤ ਬਿਮਾਰ ਰਹਿੰਦਾ ਹੈ। ਹਾਂਜੀ ਹਾਂਜੀ ਬਾਬਾ ਜੀ। ਤੇ ਮੇਰੇ ਕੋਲ ਇਸ ਦਾ ਇਲਾਜ ਵੀ ਹੈ। ਛੇਤੀ ਕਰ ਦੋ ਬਾਬਾ ਜੀ। ਆ ਚੱਕ ਜੜੀ ਬੂਟੀ ਦੇ ਦੀ ਬਾਬੇ ਨੂੰ 3 ਟਾਈਮ, ਬੁੱਢਾ ਜਾਊ ਭੱਜਦਾ ਹੀ ਭੱਜਦਾ। ਜੈ ਬਾਬਾ ਜੱਕਰਦਾਸ ਜੀ ਦੀ।
ਚਾਹੀਦਾ। ਤੁਹਾਡੇ ਤਾਂ ਬਾਹਲੀ ਗੰਦੀ ਸੱਟ ਲੱਗੀ ਹੈ, ਇਹਨੂੰ ਜਦੋਂ ਦੇਖੋ ਠੀਕ ਹੋਣ ਨੂੰ ਘੱਟ ਤੋਂ ਘੱਟ 2 ਮਹੀਨਾ ਲੱਗੂ, ਤੇ ਐਕਸਰੇ ਵਗੈਰਾ ਵੀ ਕਰਾਣੇ ਪਊ ਘੱਟ ਤੋਂ, ਬਹੁਤ ਤੁਹਾਨੂੰ ਭੈਣ ਜੀ ਬਹੁਤ ਖਰਚਾ ਪੈਣਾ ਤੁਹਾਨੂੰ। ਡਾਕਟਰ ਜੀ ਇੱਡੇ ਵੱਡੇ ਪ੍ਰੋਸੀਜਰ ਨਾਲੋਂ ਤਾਂ ਮੈਂ ਇੱਕ ਬਾਬੇ ਦਾ ਨਾਂ ਸੁਣਿਆ, ਕਹਿੰਦੇ ਬੜਾ ਗਿਆਨੀ ਧਿਆਨੀ ਹੈ, ਮੈਨੂੰ ਉਹ ਤੋਂ ਹੀ ਜਾਣਾ ਚਾਹੀਦਾ, ਕਹਿੰਦੇ ਵੱਡੇ ਵੱਡੇ ਰੋਗਾਂ ਦਾ ਇਲਾਜ 2-3 ਦਿਨਾਂ 'ਚ ਹੀ ਕੱਢ ਦਿੰਦਾ। ਹਮੇਸ਼ਾ ਸਵਸਥ ਰਹੋਗੇ। ਧੰਨਵਾਦ।